ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤੁਸੀਂ ਹਰਿਤ ਨੂੰ ਕਦੋਂ ਲਗਾਇਆ ਸੀ ਸਕੂਲ ਦੇ ਵਿੱਚ? 8th ਕਲਾਸ ਵਿੱਚ ਲਗਾਇਆ ਸੀ, ਹੈ ਨਾ? ਤੇ ਤੁਸੀਂ ਪ੍ਰਾਈਵੇਟ ਸਕੂਲ ਤੋਂ ਹਟਾ ਕੇ ਲਗਾਇਆ ਸੀ? ਹਾਂਜੀ, ਪ੍ਰਾਈਵੇਟ। ਹੈ ਨਾ, ਤੁਹਾਡਾ ਕੀ ਤਜਰਬਾ ਰਿਹਾ? ਦੇਖੋ, ਹੁਣ 10ਵੀਂ 'ਚ ਹੋ ਗਿਆ ਤੁਹਾਡਾ ਬੱਚਾ, ਤੁਹਾਡਾ ਕੀ ਤਜਰਬਾ ਰਿਹਾ? ਪ੍ਰਾਈਵੇਟ ਸਕੂਲ ਵਿੱਚ ਤੁਸੀਂ ਬਹੁਤ ਫੀਸ ਭਰੀ ਹੋਊਗੀ, ਇੱਥੇ ਕੀ ਤਜਰਬਾ ਰਿਹਾ ਤੁਹਾਡਾ? ਤਜਰਬੇ ਦੇ ਹਿਸਾਬ ਨਾਲ ਸਾਨੂੰ ਐਂ ਲੱਗਿਆ ਜੀ, ਇੱਥੇ ਦੂਜਾ ਸਾਨੂੰ ਜਿਹੜਾ ਸਟਾਫ ਬਹੁਤ ਵਧੀਆ ਲੱਗਿਆ। ਅੱਛਾ। ਪਹਿਲਾਂ ਸਾਨੂੰ ਇਹ ਅਸੀਂ ਥੋੜ੍ਹੇ ਜਿਹੇ ਗੁਮਰਾਹ ਹੁੰਦੇ ਰਹੇ ਵੀ ਕਹਿੰਦੇ ਜਿਹੜੇ ਪ੍ਰਾਈਵੇਟ ਸਕੂਲ ਆ ਵੀ ਇਹਨਾਂ ਦੀ ਪੜ੍ਹਾਈ 'ਚ ਜ਼ਿਆਦਾ ਚੰਗੀ ਹੋਊ। ਅੱਛਾ। ਪਰ ਜਦੋਂ ਅਸੀਂ ਗੁੜੀਆ ਨੂੰ ਇਸ ਕਲਾਸ 'ਚ ਪਾਇਆ ਇੱਥੇ, ਸਾਡੇ ਪ੍ਰਾਈਵੇਟ ਨੂੰ ਵੀ ਰਿਜ਼ਲਟ ਵਧੀਆ ਰਿਹਾ। ਚਲੋ, ਫਿਰ ਤਾਂ ਬਹੁਤ ਵਧੀਆ। ਹੈਰਿਤ, ਤੇਰਾ ਕੀ ਐਕਸਪੀਰੀਅੰਸ ਹੈ ਪੁੱਤਰ? ਇਹੀ ਐਕਸਪੀਰੀਅੰਸ ਮੈਮ, ਟੀਚਰ ਬਹੁਤ ਵਧੀਆ ਸਮਝਾਉਂਦੇ ਤੇ ਮੈਮ ਬੱਚਿਆਂ ਦੀ ਗੱਲ ਬਹੁਤ ਵਧੀਆ ਤਰੀਕੇ ਨਾਲ ਸੁਣਦੇ ਹੈਗੇ। ਅੱਛਾ। ਮੇਰਾ ਰਿਜ਼ਲਟ ਹੋਰ ਵੀ ਜ਼ਿਆਦਾ ਇੰਪਰੂਵ ਹੋਇਆ ਅਤੇ ਇੱਕ ਮੈਮ ਇੱਥੇ ਮੇਰੇ 'ਚ ਕੌਨਫੀਡੈਂਸ ਬਹੁਤ ਜ਼ਿਆਦਾ ਮਤਲਬ ਪੈਦਾ ਹੋਇਆ ਮੈਮ, ਕਿਉਂਕਿ ਇੱਥੇ ਅਸੀਂ ਸਟੇਜ 'ਤੇ ਬੋਲਦੀ ਹਾਂ। ਚਲੋ, ਵੈਰੀ ਗੁੱਡ ਬੇਟੇ, ਮਤਲਬ ਤੁਸੀਂ ਪੂਰੀ ਤਰ੍ਹਾਂ ਖੁਸ਼ ਹੋ? ਹਾਂਜੀ, ਬਹੁਤ ਬਹੁਤ ਖੁਸ਼ ਹੋ। ਅੱਛਾ, ਤੁਸੀਂ ਮਤਲਬ ਇੱਕ ਕੰਮ ਸਾਡਾ ਕਰੋਗੇ ਫਿਰ, ਤੁਸੀਂ ਹੁਣ ਪਿੰਡ 'ਚ ਜਿਹੜੇ ਬੱਚੇ ਆ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ, ਤੁਸੀਂ ਉਹਨਾਂ ਨੂੰ ਦੱਸੋਗੇ ਵੀ ਕਿਸ ਤਰ੍ਹਾਂ ਦਾ ਸਕੂਲ ਆ, ਤੁਸੀਂ ਆਪਦੇ ਬੱਚਿਆਂ ਨੂੰ ਹਟਾ ਕੇ ਇੱਥੇ ਲਗਾਓ? ਹਾਂਜੀ, ਬਹੁਤ ਅਸੀਂ ਉਹਨਾਂ ਨੂੰ ਦੱਸਾਂ ਵੀ ਆਪਣਾ ਸਟਾਫ ਬਹੁਤ ਮਿਹਨਤੀ ਹੈ। ਅੱਛਾ। ਬਹੁਤ ਵਧੀਆ, ਪਹਿਲੇ ਨੰਬਰ 'ਤੇ ਜਾ ਰਹੇ ਆ ਬੱਚੇ ਇੱਥੋਂ ਜਿੰਨੇ ਹੈਗੇ, ਬਹੁਤ ਮਿਹਨਤੀ ਸਟਾਫ ਹੈ। ਅੱਛਾ ਜੀ। ਅਤੇ ਇਸ ਵਾਸਤੇ ਵੀ ਆਪਣੇ ਇੱਥੇ ਤੁਸੀਂ ਪਲੀਜ਼ ਕੋਸ਼ਿਸ਼ ਕਰਿਓ, ਸਾਡੇ ਕੋਲ ਬੱਚੇ ਹੋਰ ਆਉਣ ਅਗਲੇ ਸਾਲ। ਹੁਣ ਤੁਹਾਡੀ ਬੇਟੀ ਤਾਂ 10th ਤੋਂ ਬਾਅਦ ਸ਼ਾਇਦ ਚਲੀ ਜਾਊਗੀ, ਪਰ ਤੁਸੀਂ ਕੋਸ਼ਿਸ਼ ਕਰੋ। ਆਪਦੇ ਬੱਚੇ ਹੋਰ ਲਵਾਵਾਂਗੇ। ਹਾਂਜੀ ਹਾਂਜੀ, ਚਲੋ, ਸ਼ੁਕਰੀਆ ਜੀ, ਸ਼ੁਕਰੀਆ।